ਸਸਰੀਆ ਕਾਲ ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਹਾਂ ਜੱਜ ਸਿੰਘ ਚਾਹੜਾ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨੀ ਅੰਦੋਲਨ ਦਿੱਲੀ ਦੇ ਬਾਡਰਾਂ ਤੇ ਬੜੇ ਜ਼ਬਰਦਸਤ ਤਰੀਕੇ ਨਾਲ ਚੱਲਦਾ ਦਿਖਾਈ ਦਿੰਦਾ ਹੈ ਕੇਂਦਰ ਸਰਕਾਰ ਦੇ ਵੱਲੋਂ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਲਈ ਆਪਣੀ ਰਣਨੀਤੀ ਪੂਰੀ ਤਰ੍ਹਾਂ ਬਦਲ ਲਈ ਗਈ ਹੈ ਗੱਲਬਾਤ ਦਾ ਤਰੀਕਾ ਫੇਲ ਹੋ ਚੁੱਕਾ ਹੈ ਅਤੇ ਹੁਣ ਦਬਾਉਣ ਦੀਆਂ ਕੋਸ਼ਿਸ਼ਾਂ ਕੇਂਦਰ ਸਰਕਾਰ ਦੇ ਵੱਲੋਂ ਸ਼ਰਯਾਮ ਕੀਤੀਆਂ ਜਾਣ ਲੱਗੀਆਂ ਨੇ ਪਰ ਇਸ ਵੇਲੇ ਮੁਕਾਬਲਾ ਪੂਰੀ ਟੱਕਰ ਦਾ ਹੁੰਦਾ ਦਿਖਾਈ ਦਿੰਦਾ ਹੈ ਜਿਹੜੀ ਵੀ ਨੀਤੀ ਕੇਂਦਰ ਸਰਕਾਰ ਦੇ ਵੱਲੋਂ ਭਾਜਪਾ ਦੀਆਂ ਸਰਕਾਰਾਂ ਦੇ ਵੱਲੋਂ ਅਪਣਾਈ ਜਾਂਦੀ ਹੈ ਉਸ ਦਾ ਠੋਕਵਾ ਜਵਾਬ ਕਿਸਾਨਾਂ ਦੇ ਵੱਲੋਂ ਵੀ ਦਿੱਤਾ ਜਾਂਦਾ ਹੈ ਇਸ ਬਾਰੇ ਤੁਹਾਨੂੰ ਬੜੀ ਜ਼ਰੂਰੀ ਜਾਣਕਾਰੀ ਦੇਣ ਜਾ ਰਹੇ ਹਾਂ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਵੱਲੋਂ ਗਾਜ਼ੀਪੁਰ ਟਿਕਰੀ ਬਾਰਡਰ ਅਤੇ ਸਿੰਘੂ ਬਾਰਡਰ ਤੇ ਇੰਟਰਨੈਟ ਦੀ ਸੇਵਾ ਮੁਅਤਲ ਕਰ ਦਿੱਤੀ ਗਈ ਹੈ ਸਸਪੈਂਡ ਕਰ ਦਿੱਤੀ ਗਈ ਹੈ ਬਾਰਡਰਾਂ ਤੇ ਨੈਟ ਬੰਦ ਕਰ ਦਿੱਤਾ ਗਿਆ ਹੈ ਜਿਸ ਦਾ ਤੋੜ ਕਿਸਾਨਾਂ ਦੇ ਵੱਲੋਂ ਵੀ ਲੱਭ ਲਿਆ ਗਿਆ ਹੈ ਪਿੰਡਾਂ ਦੇ ਵਿੱਚ ਜਾ ਕੇ ਮਾਰਚ ਕਰ ਕਰਕੇ ਲਾਊਡ ਸਪੀਕਰਾਂ ਦੇ ਜ਼ਰੀਏ ਅਨਾਉਂਸਮੈਂਟਾਂ ਕਰ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪੰਜਾਬ ਦੇ ਅਤੇ ਹਰਿਆਣਾ ਦੇ ਪਿੰਡਾਂ ਦੇ ਵਿੱਚ ਹੁਣ ਤਾਂ ਉੱਤਰ ਪ੍ਰਦੇਸ਼ ਵੀ ਇਨ੍ਹਾਂ ਸੂਬਿਆਂ ਦੇ ਵਿੱਚ ਸ਼ਾਮਲ ਹੋ ਗਿਆ ਹੈ ਜਿੱਥੇ ਪਿੰਡਾਂ ਦੀਆਂ ਪੰਚਾਇਤਾਂ ਸਦੀਆਂ ਜਾਣ ਲੱਗੀਆਂ ਨੇ ਅਤੇ ਸਾਰੀ ਜਾਣਕਾਰੀ ਲੋਕਾਂ ਨੂੰ ਦਿੱਤੀ ਜਾਣ ਲੱਗੀ ਹੈ ਹਰਿਆਣਾ ਦੇ ਪਿੰਡਾਂ ਤੋਂ ਵੀ ਕੁਝ ਵੀਡੀਓ ਸਾਹਮਣੇ ਆਉਂਦੀਆਂ ਦਿਖਾਈ ਦਿੰਦੀਆਂ ਨੇ ਜਿੱਥੇ ਪੰਚਾਇਤਾਂ ਮਤੇ ਪਾਸ ਕਰ ਰਹੀਆਂ ਨੇ ਕਿ ਜਿਹੜਾ ਵੀ ਦਿੱਲੀ ਬਾਰਡਰ ਤੇ ਕਿਸਾਨਾਂ ਦੇ ਧਰਨੇ ਵਿੱਚ ਨਹੀਂ ਜਾਏਗਾ ਉਸ ਨੂੰ ਜ਼ਰਮਾਨਾ ਲਾਇਆ ਜਾਏਗਾ ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਪੰਚਾਇਤਾਂ ਦੇ ਵੱਲੋਂ ਮਤੇ ਪਾਉਣ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਸੰਗਰੂਰ ਦੇ ਪਿੰਡ ਧੂਰਾ ਤੋਂ ਇੱਕ ਮਤਾ ਪਾਉਣ ਦੀ ਵੀਡੀਓ ਸਾਹਮਣੇ ਆਈ ਹੈ ਸਭ ਤੋਂ ਪਹਿਲਾਂ ਤੁਹਾਨੂੰ ਉਹ ਮਤੇ ਦੀ ਵੀਡੀਓ ਦਿਖਾ ਦਿੰਨੇ ਆ ਕਿ ਆਖਰ ਕਿਹੜਾ ਮਤਾ ਪਾਸ ਕੀਤਾ ਗਿਆ ਹੈ ਪਿੰਡ ਧੂਰਾ ਦੇ ਦਰਵਾਜ਼ੇ ਵਿੱਚ ਦਿੱਲੀ ਕਿਸਾਨ ਮੋਰਚੇ ਸੰਬੰਧੀ ਮੀਟਿੰਗ ਹੋਈ ਜਿਸ ਵਿੱਚ ਇਹ ਮਤਾ ਪਾਸ ਕੀਤਾ ਗਿਆ ਕਿ ਪਿੰਡ ਦੇ ਹਰ ਘਰ ਵਿੱਚੋਂ ਇੱਕ ਵਿਅਕਤੀ ਜ਼ਰੂਰ ਦਿੱਲੀ ਮੋਰਚੇ ਵਿੱਚ ਜਾਵੇਗਾ ਜੇਕਰ ਉਹ ਆਪਣੀ ਬੰਦੀ ਸ਼ਿਫਟ ਦੌਰਾਨ ਉਹ ਉਸ ਸ਼ਿਫਟ ਦੇ ਵਿੱਚ ਦਿੱਲੀ ਨਹੀਂ ਜਾ ਸਕਦਾ ਤਾਂ ਉਹ ਅਗਲੀ ਸ਼ਿਫਟ ਦੇ ਵਿੱਚ ਦਿੱਲੀ ਜਾ ਸਕਦਾ ਹੈ ਜੇਕਰ ਫਿਰ ਵੀ ਉਹ ਵਿਅਕਤੀ ਦਿੱਲੀ ਨਹੀਂ ਜਾਂਦਾ ਆਪਣੀ ਸ਼ਿਫਟ ਸਰਦਾ ਹੈ ਤਾਂ ਉਹਨੂੰ 2100 ਰੁਪਏ ਜੁਰਮਾਨਾ ਕੀਤਾ ਜਾਵੇਗਾ ਜੋ ਕਿ ਕਰਨੇ ਲਈ ਆਪਣੇ ਮੋਰਚੇ ਵਾਸਤੇ ਉਹ ਫੰਡ ਫੰਡ ਦੇ ਤੌਰ ਤੇ ਵਸਦਾ ਜਾਵੇਗਾ ਜਿਹੜਾ ਟਰੈਕਟਰ ਦਿੱਲੀ ਮੋਰਚੇ ਵਿੱਚ ਜਾਵੇਗਾ ਫਿਰ ਹਾਲ ਉਹ 15 ਦਿਨਾਂ ਵਾਸਤੇ ਦਿੱਲੀ ਰੁਕੇਗਾ ਉਸ ਤੋਂ ਬਾਅਦ ਉਹ ਟਰੈਕਟਰ ਚੇਂਜ ਕੀਤਾ ਜਾਵੇਗਾ ਬਦਲਿਆ ਜਾਵੇਗਾ ਜੇਕਰ ਮੋਰਚੇ ਦੌਰਾਨ ਕਿਸੇ ਵਿਅਕਤੀ ਦਾ ਜਾਂ ਉੱਥੇ ਦਿੱਲੀ ਗਏ ਕਿਸੇ ਸਾਧਨ ਦਾ ਕੋਈ ਨਫਾ ਨੁਕਸਾਨ ਹੁੰਦਾ ਹੈ ਤਾਂ ਸਾਂਝੇ ਤੌਰ ਤੇ ਸਾਰਾ ਪਿੰਡ ਉਹ ਨੁਕਸਾਨ ਦੀ ਪਰਪਾਈ ਕਰੇਗਾ ਇਸ ਤਰ੍ਹਾਂ ਜਿਹੜੀ ਤਰਕੀਬ ਇੰਟਰਨੈਟ ਬੰਦ ਕਰਨ ਵਾਲੀ ਕੇਂਦਰ ਸਰਕਾਰ ਨੇ ਅਪਣਾਈ ਹੈ ਉਸ ਦਾ ਤੋੜ ਵੀ ਕਿਸਾਨਾਂ ਨੇ ਲੱਭ ਲਿਆ ਹੈ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੇ ਆਪਣੇ ਵੱਲੋਂ ਵੱਡੇ-ਵੱਡੇ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਨੇ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਲਾਊਡਸਪੀਕਰਾਂ ਦੇ ਜ਼ਰੀਏ ਅਨਾਊਂਸਮੈਂਟਾਂ ਕਰਵਾਈਆਂ ਜਾ ਰਹੀਆਂ ਨੇ ਕਿ ਵੱਧ ਤੋਂ ਵੱਧ ਦਿੱਲੀ ਦੇ ਬਾਡਰਾਂ ਤੇ ਪਹੁੰਚਣਾ ਚਾਹੀਦਾ ਹੈ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ ਦਿੱਲੀ ਦੇ ਬਾਡਰਾਂ ਤੇ ਹਾਲਾਤ ਬਿਲਕੁਲ ਠੀਕ ਨਹੀਂ ਹਰਿਆਣਾ ਦੀ ਗੱਲ ਕਰੀਏ ਤਾਂ ਉਥੋਂ ਵੀ ਖਬਰਾਂ ਆਉਣ ਲੱਗ ਪਈਆਂ ਨੇ ਕਿ ਪਿੰਡਾਂ ਦੇ ਮੰਦਰਾਂ ਦੇ ਲਾਊਡਸਪੀਕਰਾਂ ਦੇ ذریعے ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਇੰਟਰਨੈਟ ਬੰਦ ਕਰਕੇ ਜਿਹੜਾ ਪ੍ਰਚਾਰ ਰੋਕਣ ਦੀ ਕੋਸ਼ਿਸ਼ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਸੀ ਖੱਟੜ ਸਰਕਾਰ ਨੇ ਵੀ ਹਰਿਆਣਾ ਦੇ ਵਿੱਚ 17 ਜ਼ਿਲ੍ਹਿਆਂ ਦੇ ਵਿੱਚ ਨੈੱਟ ਬੰਦ ਕੀਤਾ ਹੋਇਆ ਹੈ ਉਹ ਤਰਕੀਬ ਕਿਸਾਨਾਂ ਦੇ ਵੱਲੋਂ ਫੇੜ ਕੀਤੀ ਜਾਂਦੀ ਦਿਖਾਈ ਦੇ ਰਹੀ ਹੈ ਦੂਜੀ ਵੱਡੀ ਗੱਲ ਜਿਹੜਾ ਕਿ ਸਰਕਾਰੀ ਮੀਡੀਆ ਪੂਰੀ ਤਰ੍ਹਾਂ ਕੇਂਦਰ ਸਰਕਾਰ ਦੇ ਨਾਲ ਮਿਲਿਆ ਹੋਇਆ ਹੈ ਕਿਸਾਨੀ ਅੰਦੋਲਨ ਬਾਰੇ ਬੜਾ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਹ ਤਾਂ ਕਿਸਾਨ ਹੈ ਹੀ ਨਹੀਂ ਜਾਂ ਤਾਂ ਵਿਰੋਧੀ ਪਾਰਟੀਆਂ ਨੇ ਜਾਂ ਇਹ ਪਾਕਿਸਤਾਨੀ ਨੇ ਜਾਂ ਇਹ ਚੀਨੀ ਨੇ ਜਾਂ ਫਿਰ ਇਹ ਖਾਲਸਤਾਨੀ ਨੇ ਉਸ ਦਾ ਵੀ ਤੋੜਾ ਕਿਸਾਨਾਂ ਨੇ ਕੱਢ ਲਿਆ ਹੈ ਸ਼ੁਰੂ ਤੋਂ ਹੀ ਕਿਸਾਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਰਕਾਰੀ ਮੀਡੀਆ ਨੇ ਸਰਕਾਰ ਦਾ ਹੀ ਸਾਥ ਦੇਣਾ ਹੈ ਆਮ ਲੋਕਾਂ ਦਾ ਸਾਥ ਨਹੀਂ ਦੇਣਾ ਇਸ ਕਰਕੇ ਆਪਣਾ ਹੀ ਆਈਟੀ ਸੈੱਲ ਕਿਸਾਨਾਂ ਦੇ ਵੱਲੋਂ ਬਣਾਇਆ ਗਿਆ ਹੈ ਅਤੇ ਹੁਣ ਜਦੋਂ ਇੰਟਰਨੈਟ ਵੀ ਬੰਦ ਹੋ ਚੁੱਕਾ ਹੈ ਤਾਂ ਕਿਸੇ ਨਾ ਕਿਸੇ ਹੀਲੇ ਕਿਸਾਨ ਏਕਤਾ ਮੋਰਚਾ ਦੇ ਵੱਲੋਂ ਹਰ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਵੱਧ ਤੋਂ ਵੱਧ ਕਿਸਾਨ ਆਗੂਆਂ ਨੂੰ ਵੀਡੀਓ ਦੇ ਜ਼ਰੀਏ ਲੋਕਾਂ ਦੇ ਸਾਹਮਣੇ ਲਾਈਵ ਪੇਸ਼ ਕੀਤਾ ਜਾ ਰਿਹਾ ਹੈ ਲੋਕ ਆਪਣੇ ਸਵਾਲ ਲਾਈਵ ਦੇ ਵਿੱਚ ਪੁੱਛਦੇ ਨੇ ਅਤੇ ਕਿਸਾਨ ਆਗੂ ਉਹਨਾਂ ਸਾਰੇ ਸ਼ੰਕਿਆਂ ਨੂੰ ਦੂਰ ਕਰਦੇ ਨੇ ਜੋ ਵੀ ਲੋਕਾਂ ਵਿੱਚ ਫੈਲਦੇ ਦਿਖਾਈ ਦਿੰਦੇ ਨੇ ਇਸ ਤਰ੍ਹਾਂ ਨੈੱਟ ਬੰਦ ਕਰਨਾ ਜਾਂ ਫਿਰ ਸਰਕਾਰੀ ਮੀਡੀਆ ਦਾ ਸਾਥ ਲੈਣਾ ਕੇਂਦਰ ਸਰਕਾਰ ਦੇ ਲਈ ਕੋਈ ਸਹੀ ਸਾਬਤ ਹੁੰਦਾ کارਗਰ ਸਾਬਤ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੁਣ ਅਗਲੀ ਰਣਨੀਤੀ ਕੇਂਦਰ ਸਰਕਾਰ ਨੇ ਇਹ ਅਪਣਾਈ ਹੈ ਕਿ 26 ਜਨਵਰੀ ਨੂੰ ਜੋ ਘਟਨਾਵਾਂ ਹੋਈਆਂ ਨੇ ਉਸ ਤੋਂ ਬਾਅਦ ਕਿਸਾਨ ਆਗੂਆਂ ਤੇ ਪਰਚੇ ਦਰਜ ਕੀਤੇ ਜਾਣ ਲੱਗ ਪਏ ਨੇ ਕਿਸਾਨ ਦੀ ਕੁੱਟਮਰ ਆਪਣੇ ਲੀਡਰ ਅਤੇ ਵਰਕਰ ਭੇਜ ਕੇ ਕੀਤੀ ਜਾਣ ਲੱਗ ਪਈ ਹੈ ਅਤੇ ਕੁਝ ਲੋਕਾਂ ਨੂੰ ਗਾਇਬ ਵੀ ਕਰ ਦਿੱਤਾ ਗਿਆ ਹੈ ਜਿਸ ਦੇ ਖਿਲਾਫ ਹੁਣ ਕਾਨੂੰਨੀ ਦਾਫੇਜ ਵੀ ਕਿਸਾਨਾਂ ਦੇ ਵੱਲੋਂ ਖੇਡੇ ਜਾਣ ਲੱਗ ਪਏ ਨੇ ਜਗਜੀਤ ਸਿੰਘ ਡੱਲੇਵਾਲ ਨੇ ਐਲਾਨ ਕਰ ਦਿੱਤਾ ਹੈ ਕਿ ਜਿਹੜੇ ਵੀ ਲੋਕ ਲਾਪਤਾ ਹੋਏ ਨੇ ਉਹ ਆਪਣੀ ਜਾਣਕਾਰੀ ਇੱਕ ਨੰਬਰ ਜਾਰੀ ਕੀਤਾ ਗਿਆ ਹੈ ਉਸ ਨੰਬਰ ਤੇ ਜਾਣਕਾਰੀ ਦੇ ਸਕਦੇ ਨੇ ਤਾਂ ਜੋ ਉਹਨਾਂ ਲੋਕਾਂ ਦੀ ਪੈਰਵੀ ਕੀਤੀ ਜਾ ਸਕੇ ਇਹ ਉਮੀਦ ਨਹੀਂ ਸੀ ਕਿ ਸਰਕਾਰ ਇੰਨੀ ਗਿਰ ਸਕਦੀ ਹੈ ਇੰਨੀ ਨੀਵੀਂ ਪੱਧਰ ਦੇ ਉੱਤੇ ਜਾ ਕੇ ਸਰਕਾਰ ਇਹ ਕੁਝ ਕਰ ਸਕਦੀ ਹੈ ਔਰ ਸਾਨੂੰ ਪਤਾ ਲੱਗਿਆ ਕਿ ਕੁਝ ਹੋਰ ਵੀ ਨੌਜਵਾਨ ਹਜੇ ਤੱਕ ਲਾਪਤਾ ਹੋਏ ਨੇ ਜਿਨ੍ਹਾਂ ਦੀ ਹਜੇ ਤੱਕ ਕੋਈ ਉਗਸੁਗ ਨਹੀਂ ਲੱਗ ਰਹੀ ਮੈਂ ਬੇਨਤੀ ਕਰੂੰਗਾ ਸਾਡੇ ਸਾਰੇ ਹੀ ਦੇਸ਼ ਦੇ ਕਿਸਾਨ ਪਰਿਵਾਰਾਂ ਨੂੰ ਕਿ ਜਿਨ੍ਹਾਂ ਦੇ ਵੀ ਬੱਚੇ ਇਸ ਅੰਦੋਲਨ ਦੇ ਵਿੱਚ ਪਹੁੰਚੇ ਆ ਉਹ ਕਿਰਪਾ ਕਰਕੇ ਉਹਨਾਂ ਬੱਚਿਆਂ ਦੀ ਇੱਕ ਵਾਰੀ ਜਾਂਚ ਕਰਨਾ ਕਿਉਂਕਿ ਇੱਥੇ ਸਾਰੇ ਵੀਰ ਜਿਹੜੇ ਨੌਜਵਾਨ ਆਏ ਨੇ ਜਾਂ ਆਏ ਸੀ ਉਹ ਜਥੇਬੰਦੀਆਂ ਦਾ ਪੱਕਾ ਕੈਡਰ ਭਾਵੇਂ ਨਹੀਂ ਸੀ ਉਹਦੇ ਕਰਕੇ ਉਹਦਾ ਸਾਡੇ ਧਿਆਨ 'ਚ ਨਹੀਂ ਹੋਣੇ ਉਹ ਪਰਿਵਾਰ ਆਪਣੇ ਬੱਚਿਆਂ ਦੀ ਘੱਟੋ-ਘੱਟ ਪੜਤਾਲ ਕਰਕੇ ਸਾਡੇ ਤੱਕ ਸੂਚਨਾ ਪਹੁੰਚਾਉਣ ਉਹ ਸੂਚਨਾ ਪਹੁੰਚਾਉਣ ਦੇ ਲਈ ਇਹ ਨੰਬਰ ਨੇ 81980 22033 ਮੈਂ ਫਿਰ ਦੱਸ ਦਿਆਂ 81980 22033 ਕਿਸਾਨਾਂ ਤੋਂ ਇਲਾਵਾ ਵਿਰੋਧੀ ਪਾਰਟੀਆਂ ਵੀ ਹੁਣ ਇਸ ਮਸਲੇ ਤੇ ਕਾਨੂੰਨੀ ਮਸਲੇ ਤੇ ਕਿਸਾਨਾਂ ਦੇ ਪੱਖ ਵਿੱਚ ਡਟਦੀਆਂ ਦਿਖਾਈ ਦਿੰਦੀਆਂ ਨੇ ਆਮ ਆਦਮੀ ਪਾਰਟੀ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਜੇਕਰ ਕੋਈ ਵੀ ਕਿਸਾਨ ਕੇਂਦਰ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਤੇ ਜਾਂ ਫਿਰ ਕਿਸੇ ਵੀ ਭਾਰਪਾ ਲੀਡਰ ਤੇ ਕੋਈ ਕੇਸ ਠੋਕਣਾ ਚਾਹੁੰਦਾ ਹੈ ਤਾਂ ਆਮ ਆਦਮੀ ਪਾਰਟੀ ਉਸ ਦਾ ਕੇਸ ਮੁਫਤ ਲੜੇਗੀ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਮਜੀਠਾ ਤੋਂ ਵਿਧਾਇਕ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਵੀ ਅਜਿਹਾ ਐਲਾਨ ਕਰ ਦਿੱਤਾ ਗਿਆ ਹੈ 26 ਜਨਵਰੀ ਦੀ ਘਟਨਾ ਤੋਂ ਬਾਅਦ ਜਿਨ੍ਹਾਂ ਸਾਨਾਂ ਤੇ ਪਰਚੇ ਕੇਂਦਰ ਸਰਕਾਰ ਦੇ ਵੱਲੋਂ ਦਰਜ ਕੀਤੇ ਜਾ ਰਹੇ ਨੇ ਮਜੀਠੀਆਂ ਨੇ ਐਲਾਨ ਕਰ ਦਿੱਤਾ ਹੈ ਕਿ ਇੱਕ ਕੈਂਪ ਬਾਡਰਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲਾਇਆ ਜਾਏਗਾ ਤਾਂ ਜੋ ਜਿਹੜਾ ਵੀ ਆ ਕੇ ਕਾਨੂੰਨੀ ਸਹਾਇਤਾ ਲੈਣਾ ਚਾਹੁੰਦਾ ਹੈ ਸ਼੍ਰੋਮਣੀ ਅਕਾਲੀ ਦਲ ਸਭ ਦੇ ਕੇਸ ਮੁਫਤ ਲੜੇਗਾ ਮਜੀਠੀ ਆਦਾ ਇਹ ਐਲਾਨ ਵੀ ਤੁਹਾਨੂੰ ਸੁਣਾ ਦਿੰਨੇ ਆ ਜਿਨ੍ਹਾਂ ਨਾਲ ਬੇਇਨਸਾਫੀ ਹੋਈ ਹੈ ਉਹਨਾਂ ਸਾਰਿਆਂ ਦੇ ਕੇਸ ਸ਼੍ਰੋਮਣੀ ਅਕਾਲੀ ਦਲ ਲੜੂਗਾ ਫ੍ਰੀ ਆਫ ਕਾਸਟ ਲੜੂਗਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਆਪ ਦੇ ਆਪ ਤੇ ਇਹ ਸਮਝਾਂਗੇ ਸਾਡੀ ਇਹ ਖੁਸ਼ਕਿਸਮਤੀ ਹੈ ਜੇ ਅਸੀਂ ਕਿਸੇ ਤਰੀਕੇ ਦੀ ਵੀ ਇਸ ਸੰਘਰਸ਼ੇ ਆਪ ਦਾ ਯੋਗਦਾਨ ਪਾ ਕੇ ਉਹ ਕੇਸ ਲੜ ਸਕੇ ਔਰ ਨਾਲ ਹੀ ਜਿਹੜੇ 100 ਤੋਂ ਵੱਧ ਨੌਜਵਾਨਾਂ ਦੀ ਜ਼ਿਕਰ ਆ ਰਿਹਾ ਕਿ ਦੇ ਆਰ ਮਿਸਿੰਗ ਉਹਨਾਂ ਵਾਸਤੇ ਵੀ ਜਿਹੜੇ ਮਾਪੇ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਆ ਅਸੀਂ ਇੱਥੇ ਵੀ ਤੇ ਅਸੀਂ ਬੜੀ ਛੋਟੀ ਸਿੰਘੂ ਬਾਰਡਰ ਤੇ ਜਾਂ ਦੂਜੇ ਬਾਰਡਰ ਤੇ ਹਲੇ ਸਲਾਹ ਕਰਨੀ ਆ ਉੱਥੇ ਇੱਕ ਲੀਗਲ ਆਪ ਦਾ ਸੈਟਅਪ ਖੋਲਣ ਲੱਗੇ ਆ ਕਿ ਨਾਲ ਦੀ ਨਾਲ ਐਪਲੀਕੇਸ਼ਨ ਪ੍ਰੋਸੈਸ ਹੋ ਕੇ ਜਿੱਥੇ ਵੀ ਲੋਡ ਆ ਉੱਥੇ ਉਹ ਐਪਲੀਕੇਸ਼ਨ ਭੇਜੀਆਂ ਜਾ ਸਕਣ। ਦਰਅਸਲ ਸ਼੍ਰੋਮਣੀ ਅਕਾਲੀ ਦਲ ਇਸ ਮਸਲੇ ਦੇ ਵਿੱਚ ਇਸ ਮੈਦਾਨ ਦੇ ਵਿੱਚ ਇਸ ਕਰਕੇ ਨਿਰਤਰਦਾ ਦਿਖਾਈ ਦਿੰਦਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੱਗ ਰਿਹਾ ਹੈ ਕਿ ਭਾਜਪਾ ਨੇ ਆਪਣੀ ਜਿਹੜੀ ਸਭ ਤੋਂ ਪੁਰਾਣੀ ਨੀਤੀ ਹੈ ਉਹ ਖੇਡਣੀ ਸ਼ੁਰੂ ਕਰ ਦਿੱਤੀ ਹੈ ਭਾਵ ਧਰਮ ਦੀ ਨੀਤੀ। ਹਿੰਦੂ ਅਤੇ ਸਿੱਖ ਨੂੰ ਆਪਸ ਵਿੱਚ ਲੜਾਉਂਦੀਆਂ ਕੋਸ਼ਿਸ਼ਾਂ ਬੀਜੇਪੀ ਦੀ ਕੇਂਦਰ ਸਰਕਾਰ ਵੱਲੋਂ ਕੀਤੀਆਂ ਜਾਣ ਲੱਗ ਪਈਆਂ ਨੇ ਇਸੇ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਵੀ ਮੈਦਾਨ ਦੇ ਵਿੱਚ ਨਿੱਤਰਦਾ ਦਿਖਾਈ ਦਿੰਦਾ ਹੈ ਪਰ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਆਪ ਦੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਇੱਕ ਵਾਰ ਫਿਰ ਤੋਂ ਮੋਰਚਾ ਮਾਰ ਲਿਆ ਮੈਦਾਨ ਮਾਰ ਗਏ ਨੇ ਭਗਵੰਤ ਮਾਨ ਉਹ ਕਿਵੇਂ ਦੋ ਵਾਰ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਆਪਣਾ ਵਿਰੋਧ ਜਤਾ ਚੁੱਕੇ ਨੇ ਅਤੇ ਤੀਜਾ ਮੌਕਾ ਉਹਨਾਂ ਨੂੰ ਆਲ ਪਾਰਟੀ ਮੀਟਿੰਗ ਜਿਹੜੀ ਹੋਈ ਹੈ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਉਸ ਵਿੱਚ ਉਹਨਾਂ ਨੂੰ ਤੀਜਾ ਮੌਕਾ ਮਿਲਿਆ ਅਤੇ ਉਹਨਾਂ ਨੇ ਉਹ ਤੀਜਾ ਮੌਕਾ ਬਿਲਕੁਲ ਨੈਗੂਆ ਨਰਿੰਦਰ ਮੋਦੀ ਦੇ ਮੂਹਤੇ ਖਰੀਆਂ ਖਰੀਆਂ ਭਗਵੰਤ ਮਾਨ ਦੇ ਵੱਲੋਂ ਸੁਣਾ ਦਿੱਤੀਆਂ ਗਈਆਂ ਨੇ ਉਸ ਦਿਨ ਜੋ ਹੋਇਆ ਉਹ ਬਹੁਤ ਦੁਰਭਾਗ્યਪੂਰਨ लेकिन पूरे आंदोलन को उसके साथ जोड़कर नहीं देखना चाहिए जो मैं कहता हूं जो असली किसान है उन्होंने वही रूट फॉलो किया जो रूट दिल्ली पुलिस द्वारा बनाया गया था और वो शांतिपूर्वक अपने ट्रैक्टर मार्च करके वापस वहीं पे चले गए तो कुछ जो इधर दिल्ली की तरफ आए कैसे आए उनको हालांकि आम दिनों में भी लाल किला जो है वहां पे बहुत सिक्योरिटी टाइट होती है लेकिन 26 जनवरी का विशेष दिन उस दिन लाल किला जैसे लग रहा था कि लावारिस पड़ा है तो कैसे वो आए कैसे उनको अलाउ किया गया जो भी उन्होंने काम किया तिरंगे का अपमान हुआ तो मतलब ये कोई भी जो सेंसिबल आदमी है जो देश का सच्चा देशभक्त है राष्ट्रवादी है तो वो तो इस घटना की निंदा ही करेगा हम भी निंदा करते हैं और पर उसके आड़ में कुछ जो जो लोग वहां पे आए ही नहीं उन पर भी मुकदमे दर्ज हो रहे हैं तो जैसे कि गुलाम नबी आजाद साहब भी बोल रहे थे इससे क्या होगा इससे और भड़काहट होगी और वो देश का अन्नदाता है किसान है वो दो महीने से वहां पे बैठा है बॉर्डर दिल्ली के बॉर्डर पर एक सबसे पहले यही आग्रह करना चाहता हूं कि लोकसभा के सेशन में इससे बड़ा देश के अन्नदाताओं को कोई गिफ्ट नहीं होगा तोहफा नहीं होगा कि अगर आप इन कानूनों को ਵਾਪਸ ਲੈਣੇ ਲਈ ਕੋਈ ਬਿੱਲ ਲੈ ਕੇ ਆਇਆ ਆ ਉਡਨਸ ਲੈ ਕੇ ਆਇਆ ਇਸ ਤਰ੍ਹਾਂ ਵਿਰੋਧੀ ਪਾਰਟੀਆਂ ਵੀ ਆਪਣਾ ਰੋਲ ਬੜੀ ਬਖੂਬੀ ਨਿਭਾਉਂਦੀਆਂ ਦਿਖਾਈ ਦਿੰਦੀਆਂ ਨੇ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਕਾਂਗਰਸ ਪਾਰਟੀ ਹੋਵੇ ਅਤੇ ਭਾਵੇਂ ਆਮ ਆਦਮੀ ਪਾਰਟੀ ਹੋਵੇ ਪਰ ਇਸ ਅੰਦੋਲਨ ਦੀ ਕਾਮਯਾਬੀ ਦਾ ਅਸਲ ਸਿਹਰਾ ਕਿਸਾਨ ਆਗੂਆਂ ਨੂੰ ਦਿੱਤਾ ਜਾ ਸਕਦਾ ਹੈ ਅਤੇ ਉਹਨਾਂ ਲੋਕਾਂ ਨੂੰ ਦਿੱਤਾ ਜਾ ਸਕਦਾ ਹੈ ਜਿਹੜੇ ਕਿ ਪੂਰੀ ਤਰ੍ਹਾਂ ਇਸ ਵੇਲੇ ਬਾਡਰਾਂ ਤੇ ਡਟੇ ਹੋਏ ਨੇ ਸਰਕਾਰ ਬਹੁਤ ਵੱਡੀ ਚੀਜ਼ ਹੁੰਦੀ ਹੈ ਅਤੇ ਬਹੁਤ ਸਾਰੀਆਂ ਰਣਨੀਤੀਆਂ ਕੇਂਦਰ ਸਰਕਾਰ ਦੇ ਵੱਲੋਂ ਬਣਾਈਆਂ ਜਾ ਰਹੀਆਂ ਨੇ ਅਤੇ ਇੱਕ ਇੱਕ ਰਣਨੀਤੀ ਦਾ ਜਵਾਬ ਕਿਸਾਨਾਂ ਦੇ ਵੱਲੋਂ ਉਸੇ ਭਾਸ਼ਾ ਦੇ ਵਿੱਚ ਹੀ ਦਿੱਤਾ ਜਾ ਰਿਹਾ ਹੈ ਜੇਕਰ ਕੁਝ ਸੈਲਿਬ੍ਰਿਟੀ ਨੇ ਜਿਹੜੇ ਕਿ ਕੇਂਦਰ ਸਰਕਾਰ ਦਾ ਪੱਖਪੂਰ ਦੇ ਨੇ ਕਹਿ ਸਕਦੇ ਆ ਉਹਨਾਂ ਦੀ ਚਾਪਲੂਸੀ ਕਰਦੇ ਨੇ ਕਿਸਾਨਾਂ ਨੂੰ ਉਸੇ ਹੀ ਭਾਸ਼ਾ ਨਾਲ ਸੰਬੋਧਿਤ ਕਰਦੇ ਨੇ ਜੋ ਕਿ ਕੇਂਦਰ ਸਰਕਾਰ ਦੇ ਨੁਮਾਇੰਦੇ ਕਹਿੰਦੇ ਨੇ ਜਿਵੇਂ ਕਿ ਅਤਵਾਦੀ ਖਾਲਸਤਾਨੀ ਪਾਕਿਸਤਾਨੀ ਚੀਨੀ ਨਕਸਲਵਾਦੀ ਬਹੁਤ ਕੁਝ ਕਹਿੰਦੇ ਨੇ ਕੰਗਣਾ ਰਣੌਤ ਦਾ ਨਾਂ ਲਿਆ ਜਾ ਸਕਦਾ ਹੈ ਤਾਂ ਉਹਨਾਂ ਦਾ ਜਵਾਬ ਦੇਣ ਦੇ ਲਈ ਵੀ ਪੰਜਾਬੀ ਅਦਾਕਾਰ ਪੂਰੀ ਤਰ੍ਹਾਂ ਮੈਦਾਨ ਦੇ ਵਿੱਚ ਡਟੇ ਹੋਏ ਨੇ ਟਵਿੱਟਰ ਤੇ ਹਨੇਰੀ ਲਿਆ ਕੇ ਰੱਖ ਦਿੱਤੀ ਸੀ ਦਿਲਜੀਤ ਦੋਸਾਂਝ ਨੇ ਅਤੇ ਮੈਦਾਨ ਦੇ ਵਿੱਚ ਅੰਦੋਲਨ ਦੇ ਵਿੱਚ ਵੀ ਬਹੁਤ ਸਾਰੇ ਪੰਜਾਬੀ ਅਦਾਕਾਰ ਨਾ ਯੋਗਦਾਨ ਦਿੰਦੇ ਬਹੁਤ ਵੱਡਾ ਯੋਗਦਾਨ ਦਿੰਦੇ ਦਿਖਾਈ ਦਿੰਦੇ ਨੇ ਕਮਰ ਗਰੇਵਾਲ ਹਰਪਚੀਮਾ ਗਲਵ ਵੜਾਇਆ ਚ ਸਿੱਧੂ ਮੂਸੇਵਾਲਾ ਬੱਬੂ ਮਣ ਬਹੁਤ ਸਾਰੇ ਅਜਿਹੇ ਪੰਜਾਬੀ ਅਦਾਕਾਰ ਨੇ ਨਾਮ ਲਵਾਂਗੇ ਲਿਸਟ ਬਹੁਤ ਜ਼ਿਆਦਾ ਲੰਬੀ ਹੋ ਜਾਏਗੀ ਜਸ ਬਾਜਵਾ ਰਣਜੀਤ ਬਾਵਾ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਕਿ ਜ਼ਮੀਨੀ ਪੱਧਰ ਤੇ ਇਸ ਵੇਲੇ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਹੋਏ ਨੇ ਕਮਰ ਗਰੇਵਾਲ ਤਾਂ ਆਪਣੇ ਖੇਤਾਂ ਦੀ ਮਿੱਟੀ ਲੈ ਕੇ ਸਿੰਘੂ ਬਾਰਡਰ ਤੇ ਪਹੁੰਚ ਗਏ ਨੇ ਉਹਨਾਂ ਨੇ ਸੌਖਾ ਲਈ ਹੈ ਕਿ ਜਿੰਨੀ ਦੇਰ ਤੱਕ ਮੋਰਚਾ ਜਿੱਤਿਆ ਨਹੀਂ ਜਾਂਦਾ ਉਨੀ ਦੇਰ ਤਾਕ ਉਹ ਬਾਰਡਰਾਂ ਤੋਂ ਵਾਪਸ ਨਹੀਂ ਮੁੜਨਗੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਮੇਰੀ ਖਾਦੀ ਸੌ ਦਾ ਮਾਣ ਰੱਖ ਲਿਓ ਜੋ ਮੈਂ ਸੌ ਖਾਦੀ ਐ ਤੁਹਾਡੇ ਭਰੋਸੇ ਖਾਦੀ ਐ ਇਸ ਕਰਕੇ ਮਾਣ ਰੱਖਣਾ ਹੁਣ ਤੁਹਾਡਾ ਫਰਜ਼ ਬਣਦਾ ਏ ਬੱਬੂ ਮਾਨ ਦੀ ਗੱਲ ਕਰੀਏ ਤਾਂ ਉਹ ਆਪਣੇ ਪਿੰਡ ਤੋਂ ਟਰੈਕਟਰਾਂ ਦਾ ਕਾਫਲਾ ਲੈ ਕੇ ਬਾਡਰਾਂ ਵੱਲ ਨੂੰ ਚੱਲਦੇ ਦਿਖਾਈ ਦਿੰਦੇ ਨੇ ਇਸ ਤਰ੍ਹਾਂ ਕਲਾਕਾਰ ਉਹਨਾਂ ਕਲਾਕਾਰਾਂ ਨੂੰ ਠੋਕਵਾ ਜਵਾਬ ਦੇ ਰਹੇ ਨੇ ਜਿਹੜੇ ਕਿ ਇਸ ਵੇਲੇ ਕੇਂਦਰ ਦੀ ਚਾਪ ਲੂਸੀ ਕਰਦੇ ਦਿਖਾਈ ਦਿੰਦੇ ਨੇ ਬੜੀ ਜ਼ਬਰਦਸਤ ਟੱਕਰ ਇਸ ਵੇਲੇ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਹੁੰਦੀ ਦਿਖਾਈ ਦਿੰਦੀ ਹੈ ਇੱਕ ਸਵਾਲ ਤੁਹਾਡੇ ਕੋਲੋਂ ਪੁੱਛ ਲੈਣਾ ਚਾਹੁੰਦੇ ਆਂ ਕੀ ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਰਣਨੀਤੀ ਅਪਣਾਉਂਦੀ ਹੈ ਉਸ ਦਾ ਜਵਾਬ ਉਸੇ ਰਣਨੀਤੀ ਦੇ ਤਹਿਤ ਕਿਸਾਨਾਂ ਵੱਲੋਂ ਵੀ ਦਿੱਤਾ ਜਾ ਰਿਹਾ ਹੈ ਇਹ ਸਭ ਕਿੰਨਾ ਕੁ ਸਮਾਂ ਚੱਲੇਗਾ ਤੁਹਾਨੂੰ ਕੋਈ ਆਸ ਹੈ ਕਿ ਕੇਂਦਰ ਸਰਕਾਰ ਹੁਣ ਰਣਨੀਤੀਆਂ ਰੋਕੇਗੀ ਅਤੇ ਮਸਲੇ ਦਾ ਹੱਲ ਕੱਢਣ ਵੱਲ ਚੱਲੇਗੀ ਕਿ ਜਾਂ ਫਿਰ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਕਿ ਕੇਂਦਰ ਸਰਕਾਰ ਆਪਣੀ ਨਵੀਂ ਨੀਤੀ ਲਿਆਵੇਗੀ ਉਸ ਦਾ ਨਵਾਂ ਜਵਾਬ ਫਿਰ ਕਿਸਾਨਾਂ ਦੇ ਵੱਲੋਂ ਦਿੱਤਾ ਜਾਏਗਾ ਜੋ ਵੀ ਤੁਹਾਨੂੰ ਲੱਗਦਾ ਹੈ ਜੋ ਵੀ ਤੁਹਾਡੀ رائے ਹੈ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੇਕਰ ਇਸੇ ਤਰ੍ਹਾਂ ਹੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ YouTube ਤੇ ਦਾ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਜ਼ਰੂਰ ਦਬਾ ਲੈਣਾ ਜੇਕਰ Facebook ਤੇ ਦੇਖ ਰਹੇ ਹੋ Facebook ਤੇ ਦਾ ਪੰਜਾਬ ਟੀਵੀ ਦਾ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹ ਅਗਲੀ ਵਾਰ ਫਿਰ ਆਜ ਰਵਾਂਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ